ਬੜੀ ਭੂਰੀ ਦੇ ਜੁੰਮਦੀ ਹੋਈ ਆ ਗਿਆ ਰਵਿੰਦਰ ਸਿੰਘ ਪਿੰਦੂ ਦਤਾਲ ਵਾਲਾ। ਇਹ ਕਹਿੰਦੇ ਪਟਿਆਲੇ ਵਾਲਾ ਇਸ ਲਈ ਕਬੱਡੀ ਭਾਰਿਆ ਕਿ ਮਰ ਜਾਣਾ ਮਾਨ ਵੀ ਖਿਡਾਰੀ ਕਹਿੰਦੇ ਵੱਡਾ ਸੀ ਕਿ ਬਾਗਾਂ ਵਾਲੇ ਸ਼ਹਿਰ ਪਟਿਆਲੇ ਜਿਹਦਾ ਅੱਡਾ ਸੀ ਬਾਗਾਂ ਵਾਲੇ ਸ਼ਹਿਰ ਪਟਿਆਲੇ ਜਿਹਦਾ ਅੱਡਾ ਸੀ। ਰਵਿੰਦਰ ਪਿੰਦੂ ਦੀ ਕਹਿੰਦੇ ਇਸ ਲਈ ਰੇਡ ਪੈ ਰਹੀ ਹੈ ਹੁਣ ਚੌਂ ਜਾਫੀਆਂ ਵਿੱਚੋਂ ਕੌਣ ਕਹਿੰਦੇ ਇਸ ਲਈ ਨੌਜਵਾਨ ਕਬਰੂ ਨੂੰ ਲੈ ਕੇ ਜੱਥਾ ਬੱਲੇ ਬਾਰੇ ਕਰਵਾਓ ਰਵਿੰਦਰ ਕਹਿੰਦੇ ਭੂਰਿਆਂ ਵਾਲਾ ਪਰ ਸ਼ਬੂ ਸੁਪੇਨ ਜੀ ਕਹਿੰਦੇ ਇਸ਼ਾਰਾ ਕਰਦੇ ਹੈ ਵੀ ਰਵਿੰਦਰ ਪਿੰਦੂ ਦਤਾਲ ਵਾਲਾ ਆਪਣੀ ਟੀਮ ਦੇ ਸਿਰ ਪਾਉਣ ਦਾ ਵਾਅਦਾ ਕਰਦਾ ਹੋਇਆ ਇਧਰੋਂ ਮੈਂ ਕਈ ਬੰਦ ਹੋਵਾਂ ਤੁਸੀਂ ਉਧਰ ਦੇਖ ਸਕਦੇ ਹੋ ਪਾਲ ਸਿੰਘ ਜੀ ਦਿਓਲ ਸਾਹਿਬ ਸਤਨਾਮ ਸਿੰਘ ਮਹਿਸਮਪੁਰੀਏ ਦੇ ਨਾਲ ਭਰਾਵਾਂ ਵਰਗਾ ਪਿਆਰ ਸੀ ਤੇ ਅੱਜ ਜੱਗੇ ਦਿਓਲ ਹੁਣੀ ਆਪਣੇ ਪਿਤਾ ਜੀ ਨੂੰ ਲੱਭ ਰਹੇ ਹੈ ਕਿ ਸੱਚ ਇੱਕ ਸਿਆਣੇ ਆਖ ਕੇ ਰੱਬ ਜਹੀ ਸਚਾਈ ਜਾਪੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਤਿੰਨ ਰੰਗ ਨਹੀਂ ਲੱਭਣੇ ਬੀਬਾ ਤੇ ਸਾਹਮਣੇ ਪ੍ਰਤਾਪ ਸਿੰਘ ਕਬੱਡੀ ਅੱਜ ਖੇਡ ਕਬੱਡੀ ਦੀ ਗੱਲ ਅੱਜ ਸ਼ੀਰਾ ਵੀ ਪਿੱਥੋਂ ਵਾਲਾ ਆ ਗਿਆ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਹੈ ਅੱਜ ਯੱਸੂ ਵੀ ਹਰਿਆਣੇ ਵਾਲਾ ਖੇਡੇਗਾ ਸਾਹਮਣੇ ਯੋਵਨ ਸ਼ਹੀਦਾਂ ਵਾਲਾ ਮੁੰਡਾ ਸੋਹਣਾ ਤੇ ਸੁਨੱਖਾ ਚੰਨ ਅੰਬਰਾਂ ਤੋਂ ਲੱਖਾਂ ਠਰਾ ਹੈ ਅਮੀਦਾਂ ਦਾ ਰੇਡਾ ਫੇਰ ਫੇਰ ਪਾਵੇ ਯੋਵਨ ਸ਼ਹੀਦਾਂ ਇਹ ਰੇਡਾ ਫੇਰ ਫੇਰ ਕੇ ਪਾਉਂਦਾ ਲੋਕੋ ਯੋਵਨ ਸ਼ਹੀਦਾਂ ਦਾ ਪਰ ਉਧਰ ਫੌਜੀ ਭਾਵੇਂ ਫੌਜੀ ਇਹ ਦਵਿੰਦਰ ਕੋਚ ਦਾ ਕਹਿੰਦੇ ਚੰਡਿਆ ਹੋਇਆ ਪੱਠਾ ਹੈ ਫੌਜੀ ਸੀਹੋ ਮਾਜਰੇ ਪਿੰਡ ਵਾਲਾ ਕਹਿੰਦੇ ਲਾ ਜਫਾ ਇਹ ਕਹਿੰਦੇ ਬਿੱਲੇ ਦਾ ਵੀਰ ਹੈ ਬਿੱਲਾ ਵੀ ਸਾਡਾ ਵੀਰ ਵਿਸ਼ੇਸ਼ ਤੌਰ ਦੇ ਉੱਤੇ ਪੁੱਜਿਆ ਹੋਇਆ ਫੌਜੀ ਨੇ ਜਫਾ ਲਾ ਕੇ ਕਹਿੰਦੇ ਬੱਲੇ ਬੱਲੇ ਕਰਵਾ ਦਿੱਤੀ ਹੈ ਇੱਧਰ ਜਸਵਿੰਦਰ ਸਿੰਘ ਜੀ ਸਵੀਡਨ ਵਾਲੇ ਜਿਹੜੇ ਬਹੁਤ ਵੱਡਾ ਮਾਣ ਕਹਿੰਦੇ ਫੌਜੀ ਦੇ ਜਫੇ ਤੋਂ ਖੁਸ਼ ਹੋ ਕੇ ਪੁੱਜਦਾ ਕਰਦੇ ਹੈ ਰਮਨ ਦਾ ਕਹਿੰਦੇ ਤਲਵੰਡੀ ਸਲੇਮ ਪਿੰਡ ਹੈ ਜਿਹੜੇ ਪਿੰਡ ਦੇ ਡੇ ਬਾਈ ਡੇ ਵਾਲੇ ਕਹਿੰਦੇ ਅੰਮ੍ਰਿਤਪਾਲ ਜੀ ਵੀ ਆਏ ਹੋਏ ਹੈ ਉਹਨਾਂ ਦਾ ਪੇਂਡੂ ਇਸ ਵੇਲੇ ਕਹਿੰਦੇ ਕਬੱਡੀ ਭਾ ਰਿਹਾ ਹੁਣ ਚੌਂ ਜਾਫੀਆਂ ਵਿੱਚੋਂ ਰਸੂਲਪੁਰੀਆ ਕਾਂਤਾ ਖੜਾ ਇੱਕ ਕੰਨੀ ਦੇ ਉੱਪਰ ਇੱਕ ਕੰਨੀ ਦੇ ਕਹਿੰਦੇ ਚੋਲਾ ਸਾਹਿਬ ਦੀ ਧਰਤੀ ਦਾ ਹੈਪੀ ਵੀ ਐਨ ਮੰਨਿਆ ਪਰਮੰਨਿਆ ਜਾਫੀ ਪਰ ਰਸੂਲਪੁਰ ਪਿੰਡ ਦਾ ਕਾਂਤਾ ਇਸ ਵੇਲੇ ਕਹਿੰਦੇ ਕਰਵਾਊ ਬੱਲੇ ਬੱਲੇ ਪਰ ਰਮਨ ਕਹਿੰਦੇ ਤਲਵੰਡੀ ਸਲੇ ਰਮਨ ਤਲਵੰਡੀ ਸਲੀਮ ਵਾਲਾ ਇਸ ਲਈ ਤਕੜਾ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਛੰਨਾ ਵਾਲੇ ਭੂਰੀ ਦੀ ਰੇਡ ਤੇ ਸੁਵੀਰ ਚਹਾਨ ਦੀ ਕਰਨਗੇ ਗੱਲ ਪੈਂਦੀ ਰੇਡ ਦੀ ਛੰਨਾ ਵਾਲਾ ਭੂਰੀ ਚੜ੍ਹਦੀ ਪ੍ਰਦੇਸ ਦਾ ਖਿਡਾਰੀ ਹੈ ਵਧਾਏ ਨੇ ਅੱਗੇ ਨੂੰ ਕਦਮ ਚੱਲੋ ਕੇ ਚੱਲਣਾ ਹੀ ਜ਼ਿੰਦਗੀ ਹੈ ਵਧੋ ਕੇ ਮਰਨਾ ਹੀ ਜ਼ਿੰਦਗੀ ਦਾ ਪਹਿਲਾ ਪੜਾਅ ਉਧਰ ਟੱਚ ਮਾਰਿਆ ਇਹ ਅਮਨ ਬਰਾੜ ਜਿਹਨੂੰ ਘੋੜਾ ਕਹਿੰਦੇ ਆ ਪਿਆਰ ਦੇ ਨਾਲ ਪਰ ਪੁਆਇੰਟ ਭੂਰੀ ਦੇ ਖਾਤੇ ਦੇ ਵਿੱਚ ਜੁੜ ਗਿਆ ਕੋਈ ਕੋਈ ਸ਼ੂਕਦਾ ਹੀ ਆਉਂਦਾ ਮੈਂ ਜਾਂਦੇ ਮੈਦਾਨਾਂ ਵਿੱਚ ਖੇਡ ਮਿੱਤਰੋ ਇਹ ਗੱਭਰੂ ਕਬੱਡੀ ਦੇ ਨੇ ਕਿੰਗ ਮਿੱਤਰੋ ਸਾਹਮਣੇ ਇਹ ਪਿੰਦੂ ਦਤਾਲ ਇਹ ਪਿੰਡ ਦਤਾਲ ਪਟਿਆਲੇ ਜ਼ਿਲ੍ਹੇ ਵਿੱਚ ਪੈਂਦਾ ਜਿੱਥੋਂ ਦਾ ਗੱਭਰੂ ਰੇਟਾ ਫੇਰ ਫੇਰ ਪਾਉਂਦਾ ਏ ਸ਼ੇਰ ਸਿੰਘ ਪਹਿਲਵਾਨ ਦਾ ਪੁੱਤਰ ਕਹਿੰਦੇ ਹੱਥ ਨਹੀਂ ਆਉਂਦਾ ਏ ਕਹਿੰਦੇ ਪਿੰਦੂ ਦੇ ਗੋਲ ਆਉਂਦਾ ਏ ਉੱਧਰ ਕਿੰਦਰ ਭੂਰਿਆਂ ਵਾਲਾ ਕਹਿੰਦਾ ਨਹੀਂ ਛੱਡਣਾ ਚੌਹਾਨ ਸਾਹਿਬ ਵੀ ਕਹਿੰਦੇ ਗੱਲਾਂ ਟਿਕਾਣੇ ਲਾਈ ਜਾਂਦੇ ਆ ਖੋਜੇ ਵਾਲੀਆ ਕਹਿੰਦੇ ਇਸ ਵੇਲੇ ਮੁੰਡਾ ਕਬੱਡੀ ਭਾ ਰਿਹਾ ਉਧਰ ਸਾਹਿਬ ਰਤੂ ਜੀ ਸਕਿੱਲਦਾਰ ਬਦਰੈਬ ਵਾਲੇ ਉਹ ਵੀ ਸਾਡੇ ਦਰਮਿਆਨ ਆਏ ਹੈ ਰਤੂ ਥੰਮਣ ਵਾਲੀਏ ਦਾ ਕਹਿੰਦੇ ਬਹੁਤ ਵੱਡਾ ਧੰਨਵਾਦ ਇੱਥੇ ਪੁੱਜਣ ਦੇ ਲਈ ਲਓ ਖੋਜੇ ਵਾਲੀਏ ਮੁੰਨੇ ਦੀ ਰੇਡ ਦੇ ਉੱਪਰ ਹੁਣ ਫੌਜੀ 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 ਕਰਵਾਊ ਬੱਲੇ ਬੱਲੇ ਪਰ ਮੁੰਡਾ ਤੇ ਅੱਜ ਕਹਿੰਦੇ ਐਨ ਕਮਾਲ ਦੀਆਂ ਕਬੱਡੀਆਂ ਭਾ ਰਿਹਾ ਮੁੰਨਾ ਇਸ ਵੇਲੇ ਖੋਜੇ ਵਾਲੀਆ ਕਹਿੰਦੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਹਾਂਜੀ ਪਿੰਦੂ ਦਤਾਲ ਦੇ ਲਈ ਸਾਡੇ ਭਰਦਵਾਜ ਸਾਹਿਬ ਬਾਸੂ ਭਰਦਵਾਜ ਜੀ 50 ਐਰੋ ਤੇ 20 ਐਰੋ ਰੱਤੂ ਜੀ ਉੱਥੇ ਹਰਪਾਲ ਸਿੰਘ ਜੀ ਸੰਧੂ ਬੈਲਜੀਅਮ ਵਾਲੇ ਸ਼ਹੀਦ ਸੋਹਣ ਸਿੰਘ ਭਗਨੇ ਦੇ ਪੇਂਡੂ ਉਹ ਪੰਜਾਬੀ ਮਾਂ ਬੋਲੀ ਦਾ ਬਹੁਤ ਸਾਰਾ ਮਾਣ ਕਰਦੇ ਆ ਮੈਂ ਆਪਣੀ ਵੱਲੋਂ ਧੰਨਵਾਦੀ ਹੈ ਉੱਧਰ ਇਹ ਤਾਬਾ ਟੱਚ ਵੱਜ ਗਿਆ ਤੇ ਫੈਸਲਾ ਰੈਫਰੀ ਦਾ ਪੱਤਰ ਦਾ ਫੈਸਲਾ ਨਾ ਵਿੰਗ ਹੁੰਦੇ ਨੇ ਨਾ ਬਲ ਹੁੰਦੇ ਨੇ ਚੁੰਨੀ ਰੈਫਰੀ ਦੇ ਫੈਸਲੇ ਅਟੱਲ ਹੁੰਦੇ ਨੇ ਚੁੰਨੀ ਰੈਫਰੀ ਦੇ ਫੈਸਲੇ ਅਟੱਲ ਹੁੰਦੇ ਨੇ ਅਗਲੀ ਰੇਡ ਪਾਉਣ ਦੇ ਲਈ
ਆ ਭੂਰੀ ਮਾਰੀ ਆ ਥਾਪੀ ਜਾਫੀਆਂ ਦੇ ਵਿੱਚ ਫੌਜੀ ਵਰਗੇ ਅਮਨਦੀਪ ਘੋੜੇ ਵਰਗੇ ਸਾਹਮਣੇ ਖੜੇ ਆ ਨੌਜਵਾਨ ਨੇ ਫਲਾਈਆਂ ਬਾਹਾਂ ਮੁਕਾਬਲਾ ਫੌਜੀ ਦੇ ਨਾਲ ਹੋ ਗਿਆ ਕਿ ਜਦੋਂ ਜ਼ੋਰ ਜ਼ੋਰਾਂ ਦੇ ਨਾਲ ਭਿੜਦੇ ਸੱਟ ਤਕੜੇ ਦੀ ਸਹਿੰਦਾ ਕੋਈ ਕੋਈ ਵਿੱਚ ਮੈਦਾਨ ਦੇ ਉਂਗਲੀ ਖੜੀ ਕਰਕੇ ਪੁਆਇੰਟ ਲੈਂਦਾ ਕੋਈ ਕੋਈ ਕਰੀ ਵੀ ਖਾਨੇ ਵਾਲੇ ਅਗਲੀ ਆਹ ਰਮਨ ਕਹਿੰਦੇ ਤਲਵੰਡੀ ਸਲੇਮ ਵਾਲਾ ਅਗਲੀ ਰੇਡ ਪਾਉਣ ਦੀ ਇਸ ਵੇਲੇ ਤਿਆਰ ਵਰ ਤਿਆਰ ਹੈ ਮੱਥੇ ਤੋਂ ਕਹਿੰਦੇ ਪਸੀਨਾ ਪੂੰਝ ਕੇ ਪਾਸੇ ਕਰਦਾ ਮੁੰਡੇ ਨੇ ਰਮਨ ਕਹਿੰਦੇ ਇਸ ਵੇਲੇ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੈਦਾਨ ਦੇ ਵਿੱਚ ਮੇਰੇ ਵੀਰ ਉਧਰ ਸ਼ੇਰੇ ਪੰਜਾਬ ਕਬੱਡੀ ਕਲੱਬ ਬੈਲਜੀਅਮ ਵਾਲੇ ਐਲਾਨ ਕਰਵਾਉਂਦੇ ਆ ਵੀ ਰਸੂਲਪੁਰੀਆ ਕਾਂਤਾ ਜਿੰਨੇ ਜਫੇ ਲਾਓ ਹਰ ਇੱਕ ਜਫੇ ਦੇ ਕਹਿੰਦੇ 50-50 ਐਰੋ ਸ਼ੇਰੇ ਪੰਜਾਬ ਕਬੱਡੀ ਕਲੱਬ ਬੈਲਜੀਅਮ ਵਾਲਿਆਂ ਵੱਲੋਂ ਦਿੱਤੇ ਜਾਣਗੇ ਲਓ ਰਮਨ ਦੀ ਇਸ ਵੇਲੇ ਰੇਡ ਪੈ ਰਹੀ ਹੈ ਤੇ ਦੂਸਰੇ ਪਾਸੇ ਕਹਿੰਦੇ ਗਿੰਦਰ ਭੂਰੇ ਕੋਨੇ ਵਾਲਾ ਭੂਰਿਆਂ ਵਾਲਾ ਕਹਿੰਦੇ ਗਿੰਦਰ ਟਰਾਈ ਕਰਦਾ ਡੱਕਣ ਦੀ ਰਮਨ ਨੇ ਕਹਿੰਦੇ ਇਸ ਵੇਲੇ ਪਾਣ ਦਾ ਵਾਅਦਾ ਕਰ ਦਿੱਤਾ ਆਪਣੀ ਟੀਮ ਦੇ ਲਈ ਜਸਪਾਲ ਸਿੰਘ ਜੀ ਤਾਰਪੁਰ ਉਹਨਾਂ ਦਾ ਇੱਕ ਵਾਰੀ ਫਿਰ ਤੋਂ ਵਿਸ਼ੇਸ਼ ਤੌਰ ਦੇ ਉੱਤੇ ਬਹੁਤ ਬਹੁਤ ਧੰਨਵਾਦ ਹੈ ਚੰਨਾ ਜੀ ਕਹਿੰਦੇ ਬਾਹਮਣੀਆਂ ਵਾਲੇ ਵੀ ਬੈਠੇ ਆਨੰਦ ਮਾਣਦੇ ਹੈ ਜੀਤੇ ਦੇ ਵੀਰ ਜੀਤਾ ਵੀ ਸਾਡਾ ਬਹੁਤ ਪਿਆਰਾ ਵੀਰ ਹੈ ਬਾਹਮਣੀਆਂ ਵਾਲੇ ਜੀਤੇ ਦਾ ਵੀ ਧੰਨਵਾਦ ਲੋ ਖੋਜੇ ਵਾਲੀਆ ਕਹਿੰਦੇ ਮੁੰਨਾ ਅਗਲੀ ਰੇਡ ਪਾਉਣ ਦੇ ਲਈ ਫਿਰ ਵਧਿਆ ਹੋਇਆ ਮੈਦਾਨ ਦੇ ਵਿੱਚ ਬੜਾ ਡਿਫਰੈਂਟ ਜਿਹਾ ਨਾਮ ਹੈ ਕਹਿੰਦੇ ਮੁੰਡੇ ਦਾ ਪਰ ਹਾਂ ਇਹ ਕਹਿੰਦੇ ਘੋੜਾ ਦੋਤੇ ਵਾਲਾ ਦੋਤਾ ਤੇ ਕੌਣੀ ਕਹਿੰਦੇ ਦੋ ਪਿੰਡ ਮਸ਼ਹੂਰ ਨੇ ਕਬੱਡੀ ਦੇ ਵਿੱਚ ਜ਼ਿਲ੍ਹੇ ਮੁਕਤਸਰ ਦੀ ਧਰਤੀ ਹੈ ਪਰ ਅਗਲੀ ਕਬੱਡੀ ਪਾਉਣ ਦੇ ਲਈ ਆਪਾਂ ਵੇਖਾਂਗੇ ਰੁਪਿੰਦਰ ਸਿੰਘ ਪਿੰਦੂ ਆ ਗਿਆ ਦਤਾਲ ਪਿੰਡ ਵਾਲਾ ਦਤਾਲ ਦੀ ਧਰਤੀ ਹਰਜੀਤ ਦਾ ਪਿੰਡੂ ਸ਼ੇਰ ਸਿੰਘ ਭਲਵਾਨ ਦਾ ਕਹਿੰਦੇ ਪੁੱਤ ਕਬੱਡੀ ਪਾ ਰਿਹਾ ਜਿੱਦਣ ਜੋਲ ਪਾਇਆ ਮੈਂ ਪੁੱਛਿਆ ਵੀ ਪਿੰਦੂ ਤੇਰੇ ਉਸਤਾਦ ਦਾ ਕੀ ਨਾਮ ਹੈ ਤੇ ਨੌਜਵਾਨ ਨੇ ਬੜੇ ਮਾਣ ਨਾਲ ਆਖਿਆ ਵੀ ਮੇਰਾ ਉਸਤਾਦ ਮੇਰਾ ਬਾਪੂ ਹੈ ਵੀ ਸ਼ੇਰ ਸਿੰਘ ਭਲਵਾਨ ਦਾ ਕਹਿੰਦਾ ਮੇਰਾ ਉਸਤਾਦ ਹੈ ਲਓ ਦੂਜੇ ਪਾਸੇ ਦੇਖੋ ਮੇਰੇ ਵੀਰੋ ਇਸ ਲਈ ਕਹਿੰਦੇ ਨੌਜਵਾਨ ਜਾਫੀ ਜਿੱਤੇ ਜੱਫਾ ਲਾ ਗਿਆ ਸਵਾਦ ਵੱਖਰਾ ਹੋ ਜਾਣਾ ਇਹ ਕਹਿੰਦੇ ਹੈਪੀ ਚੋਲਾ ਸਾਹਿਬ ਦੀ ਧਰਤੀ ਦਾ ਬੜਾ ਚੀੜਾ ਜਾਫੀ ਹੁਣ ਕਰਵਾਊਗਾ ਬੱਲੇ ਬੱਲੇ ਜਾਫੀ ਨਹੀਂ ਲਓ ਸਾਹਮਣੇ ਕਬੱਡੀ ਹੈ ਖੇਲ ਹੁੰਦੀ ਜਿਹਨੂੰ ਕਹਿੰਦੇ ਨੇ ਯੋਵਨ ਦੀ ਰੁੱਤ ਲੋਕੋ ਇੱਕ ਦੂਜੇ ਨਾਲ ਮਿਲਦੇ ਨੇ ਅਹਿਮ ਟੱਕਰ ਆਪਣੇ ਦੇਸ਼ ਪੰਜਾਬ ਦੇ ਪੁੱਤ ਲੋਕੋ ਪੁਆਇੰਟ ਰੇਟਰ ਦੇ ਖਾਤੇ ਚ ਬੈਲਜੀਅਮ ਤੋਂ ਬਾਹਰ ਪ੍ਰਤਾਪ ਦੀ ਟੀਮ ਅਫਗਾਨ ਸ਼ੇਰ ਪੰਜਾਬ ਦੇ ਹਸਪਤਾਲ ਸੱਜਣ ਸਿੰਘ ਗਰਦੀ ਸਾਹਿਬ ਪਹੁੰਚੇ ਨੇ ਕੋਈ ਚੇਅਰਮੈਨ ਅਵਤਾਰ ਸਿੰਘ ਜੀ ਸ਼ੂਕਰ ਸਾਹਿਬ ਪਹੁੰਚੇ ਹੋਏ ਨੇ ਉਹਨਾਂ ਦਾ ਧੰਨਵਾਦ ਹੈ ਸਾਹਮਣੇ ਤਾਬੇ ਦੀ ਕਬੱਡੀ ਸੋਹਣਾ ਸਰੀਰ ਹੈ ਬੰਦੂਕ ਤੋਂ ਵੀ ਦੁਨੀਆ ਡਰਦੀ ਹੈ ਸ਼ਮਸ਼ੀਰ ਤੋਂ ਵੀ ਦੁਨੀਆ ਡਰਦੀ ਹੈ ਦੁੱਧ ਮੱਖਣਾ ਨਾਲ ਜੋ ਪਲਿਆ ਹੋਵੇ ਤਕੜੇ ਸਰੀਰ ਤੋਂ ਵੀ ਦੁਨੀਆ ਡਰਦੀ ਹੈ ਹੈਪੀ ਚੋਲੇ ਵਾਲੇ ਦਾ ਜੱਫਾ ਪਰ ਪੁਆਇੰਟ ਰੇਟਰ ਦੇ ਖਾਤੇ 'ਚ ਕਰੀਬੇ ਖਾਣੇ ਵਾਲੇ ਅਗਲੀ ਗੱਲ ਆਓ ਅਗਲੀ ਕਬੱਡੀ ਪਾਉਣ ਦੇ ਲਈ ਆਪਾਂ ਵੇਖਾਂਗੇ ਵੀ ਖੇਡਦੇ ਮੈਦਾਨ ਦੇ ਵਿੱਚ ਖੋਜੇ ਵਾਲਾ ਪਿੰਡ ਦਾ ਕਹਿੰਦੇ ਮੁੰਡਾ ਫਿਰ ਤਿਆਰ ਵਰ ਤਿਆਰ ਹੈ ਐਨ ਸਾਡੇ ਦਰਸ਼ਕ ਵੀਰ ਬੁੜੀ ਐਨ ਪੁੱਜੇ ਹੋਏ ਆ ਸਾਰੇ ਸਾਡੇ ਦਰਸ਼ਕਾਂ ਦਾ ਬਹੁਤ ਵੱਡਾ ਧੰਨਵਾਦ ਹੈ ਮਾਮਾ ਭੈਣਾਂ ਵੀ ਕਹਿੰਦੇ ਬੈਠੀਆਂ ਆਨੰਦ ਮਾਣਦੀਆਂ ਨੇ ਮੈਚ ਦਾ ਆਹ ਖੋਜੇ ਵਾਲੇ ਦਾ ਕਹਿੰਦੇ ਇਸ ਵੇਲੇ ਮੁੰਡਾ ਕਬੱਡੀ ਪਾ ਰਿਹਾ ਹੈ ਧਰਤੀ ਆ ਕਹਿੰਦੇ ਕਪੂਰਥਲੇ ਦੀ ਕਿ ਆਇਆ ਪ੍ਰੀਤਾ ਗਿਆ ਪ੍ਰੀਤਾ ਲਾਈ ਕਦੇ ਟੋਹ ਨਾ ਕਿ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਹੁਣ ਵੇਖੋ ਕਹਿੰਦੇ ਕੌਣ ਲਵੀ ਘੋੜਿਆ ਪਰ ਸਾਹਮਣੇ ਫੌਜੀ ਕਹਿੰਦੇ ਸੀਹੋ ਮਾਜਰੇ ਵਾਲਾ ਸਫਲਤਾ ਇਸ ਵੇਲੇ ਕਹਿੰਦੇ ਮੁੰਨੇ ਦੇ ਕਦਮ ਚੁੰਮਦੀ ਹੋਈ ਮੁੰਨਾ ਇਸ ਵੇਲੇ ਪੁਆਇੰਟ ਦਾ ਵਾਧਾ ਕਰਦਾ ਆਪਣੀ ਟੀਮ ਦੇ ਲਈ ਅਗਲੀ ਰੇਡ ਰਮਨ ਰਮਨ ਤਲਵੰਡੀ ਸਲੇਮ ਦੀ ਧਰਤੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਇਸ ਵੇਲੇ ਫਿਰ ਖੇਡ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਉਧਰ ਰੱਤੂ ਥੰਮਣ ਵਾਲੀ ਵੀ ਕਹਿੰਦੇ ਆਇਆ ਹੋਇਆ ਹੈ ਅੰਮ੍ਰਿਤਸਰੀਆ ਦਲਜੀਤ ਵੀ ਸਾਡਾ ਵੀਰ ਬੈਠਾ ਆਨੰਦ ਮਾਣਦਾ ਹੈ ਵੀ ਆਹ ਕਬੱਡੀ ਦੇ ਉੱਪਰ ਹੁਣ ਕੌਣ ਚੌਂ ਜਾਫੀਆਂ ਵਿੱਚੋਂ ਕਰਾ ਕੇ ਜੱਫਾ ਬੱਲੇ ਬੱਲੇ ਕਰਵਾਵੇਗਾ ਕਬੱਡੀ 365.com ਦੇ ਉੱਪਰ ਕਹਿੰਦੇ ਦੁਨੀਆ ਜੁੜੀ ਹੋਈ ਹੈ ਵੀ ਰਮਨ ਤਲਵੰਡੀ ਸਲੇਮ ਵਾਲੀ ਪਈ ਰੇਡ ਦੇ ਉੱਪਰ ਗਿੰਦਰ ਕਹਿੰਦੇ ਭੂਰੇ ਕੋਨੇ ਵਾਲਾ ਜਿੱਤੇ ਜੱਫਾ ਲੱਗ ਗਿਆ ਕਹਿੰਦੇ ਗੱਲ ਵੱਖਰੀ ਹੋ ਜਾਣੀ ਹੈ ਪਰ ਉਧਰ ਕਹਿੰਦੇ ਰਮਨ ਮੱਲੀਆਂ ਵਾਲਾ ਲੱਗ ਗਿਆ ਜੱਫਾ ਇਹ ਲੱਗ ਗਿਆ ਜੱਫਾ ਲੋਕੋ ਭਾਵੀ ਗਿਆ ਡੱਗਿਆ ਇਹ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ ਹੈ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ ਹੈ ਆਸੂ ਭਰਦਵਾਜ ਜੀ ਮੁੰਡੇ ਦੇ ਉਹਦੇ ਕੀ ਐਰੋ ਦੇ ਰਹੇ ਹੈ ਇਹਨੂੰ ਤਾਂ ਖਿਲਾਓ ਰਣਮ ਜੀ ਧਰਤੀ ਤੇ ਮੇਲਾ ਹੋ ਰਿਹਾ ਬਸੰਤ ਸਿੰਘ ਜੀ ਪੰਜ ਹੱਥਾਂ ਲੱਗੇ ਸਿੱਧੂ ਹੋਣੀ ਜਿੰਦਰ ਵਿਰਕ ਹੋਣੀ ਸੂਚਨਾ ਦਿੰਦੇ ਆ ਕਿ 19 ਤਰੀਕ ਨੂੰ 19 ਅਗਸਤ ਨੂੰ
ਮੇਲਾ ਹੋਵੇਗਾ ਫਰਾਂਸ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਵੱਲੋਂ ਅਗਲਾ ਕਬੱਡੀ ਕੱਪ ਕਰਵਾਇਆ ਜਾਣਾ ਹੈ 19 ਅਗਸਤ ਨੂੰ ਫਰਾਂਸ ਦੀ ਧਰਤੀ ਦੇ ਉੱਤੇ ਗੱਲਾਂ ਹੋਣਗੀਆਂ ਤੇ ਸਾਹਮਣੇ ਪਿੰਦੂ ਦਤਾਲ ਅਗਲੀ ਰੇਡ ਪਾਉਂਦਾ ਹੈ ਤੇ ਪਿੰਦੂ ਦਤਾਲ ਦੀ ਕਬੱਡੀ ਹੈ ਸਾਹਮਣੇ ਜੱਫਾ ਲਾਉਣ ਦਾ ਯਤਨ ਕੰਤਰ ਸੋਨਪ੍ਰਿਆ ਕਰਦਾ ਹੋਇਆ ਟਰਾਈ ਪਰ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਲਓ ਰਸੂਲਪੁਰੀਏ ਕਹਿੰਦੇ ਕਾਂਤੇ ਨੇ ਟਰਾਈ ਕੀਤੀ ਹੈ ਪਰ ਨੰਬਰ ਇਸ ਲਈ ਕਹਿੰਦੇ ਪਿੰਦੂ ਦੇ ਹਿੱਸੇ ਜੁੜਦਾ ਹੋਇਆ ਹੈ ਲਓ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਕਹਿੰਦੇ ਛੰਨਾ ਵਾਲਾ ਭੂਰੀ ਵਧਿਆ ਹੈ ਮੈਦਾਨ ਦੇ ਵਿੱਚ ਛੋਟੀ ਉਮਰ ਹੈ ਕਹਿੰਦੇ ਮੁੰਡੇ ਦੀ ਪਰ ਬੜੀ ਆਲਾ ਦਰਜੇ ਦੀ ਕਬੱਡੀ ਕਹਿੰਦੇ ਯੂਰਪ ਦੀਆਂ ਗਰਾਊਂਡਾਂ ਵਿੱਚ ਦਿਖਾ ਰਿਹਾ ਹੈ ਲਓ ਉੱਧਰ ਕਹਿੰਦੇ ਘੋੜਾ ਇਸ ਲਈ ਦੋਤੇ ਵਾਲਾ ਦਾ ਪਾਉ ਜੱਫਾ ਜਾਂਦੇ ਨਹੀਂ ਮੇਰੇ ਮਿੱਤਰੋ ਲਓ ਘੋੜਾ ਤੇ ਕਹਿੰਦੇ ਛੰਨਾ ਵਾਲਾ ਭੂਰੀ ਲਓ ਸਾਹਮਣੇ ਕਹਿੰਦੇ ਭੂਰੀ ਭੱਜ ਗਿਆ ਭੂਰੀ ਕਹਿੰਦੇ ਹੱਸਿਆ ਵੀ ਹੈ ਕਿਉਂਕਿ ਸਿਰੇ ਦੇ ਜਾਫੀ ਕੋਲੋਂ ਕਹਿੰਦੇ ਨੰਬਰ ਲੈ ਕੇ ਆਇਆ ਛੰਨਾ ਵਾਲਾ ਭੂਰੀ ਆਪਣੀ ਟੀਮ ਦੇ ਸੇ ਪਾਉਣ ਦਾ ਵਾਅਦਾ ਕਰਦਾ ਹੋਇਆ ਪ੍ਰਤਾਪ ਸਿੰਘ ਤਾਬਾ ਸੁਰ ਸਿੰਘੀਆ ਕਹਿੰਦੇ ਹੱਸਦਾ ਹੀ ਰਹਿੰਦਾ ਹੈ ਟੌਲੇ ਦੇ ਉੱਪਰ ਕਹਿੰਦੇ ਆਪਣੇ ਵੀਰ ਦੀ ਫੋਟੋ ਖਣਵਾਈ ਹੋਈ ਹੈ ਬਾਕੀ ਕਿਸੇ ਨੇ ਸੱਚ ਲਿਖਿਆ ਕਿ ਮਾਂ ਮਰੇ ਤਾਂ ਮੁੱਕ ਜਾਣ ਮਾਪੇ ਕਿ ਪਿਓ ਤੁਰ ਜੇ ਘਰ ਵਿਹਲਾ ਕਿ ਜਿਸ ਦਿਨ ਮਿੱਤਰ ਪਿਆਰੇ ਤੁਰ ਜਾਣ ਉੱਜੜ ਜਾਂਦਾ ਇਹ ਮੇਲਾ ਕਿ ਜਿਸ ਦਿਨ ਮਿੱਤਰ ਪਿਆਰੇ ਤੁਰ ਜਾਣ ਉੱਜੜ ਜਾਂਦਾ ਇਹ ਮੇਲਾ ਐਨ ਤਾਬੇ ਨੇ ਕਹਿੰਦੇ ਥਾਪੀ ਮਾਰ ਕੇ ਉਂਗਲ ਖੜੀ ਕੀਤੀ ਹੈ ਵੀ ਨੰਬਰ ਇਸ ਵੇਲੇ ਸਾਡਾ ਸਾਡੀ ਟੀਮ ਦੇ ਹਿੱਸੇ ਹੈ ਗੁੱਜੜੀਏ ਜੱਗੇ ਦਿਓਲ ਦਾ ਵੀ ਐਨ ਪੂਰਾ ਜ਼ੋਰ ਲੱਗਿਆ ਪਿਆ ਕਿਉਂਕਿ ਜੱਟ ਦੇ ਕਹਿੰਦੇ ਤਕੜੀ ਕਬੱਡੀ ਇਹਨਾਂ ਗਰਾਊਂਡਾਂ ਵਿੱਚ ਖੇਡੀ ਹੈ ਵੀ ਹੋਇਆ ਕੀ ਜੇ ਕਰਦੇ ਸ਼ਿਕਾਰ ਛੱਡ ਦੇ ਪਰ ਰਫਲਾ ਚਲਾਉਣੀਆਂ ਨਹੀਂ ਜੱਟ ਭੁੱਲਿਆ ਉਹ ਗੱਲ ਹੈ ਕਹਿੰਦੇ ਜੱਗੇ ਦੀ ਆਪਣੇ ਸ਼ਿਕਾਰ ਛੱਡ ਦੇ ਤੋਂ ਪਹਿਲਾਂ ਪੰਜਾਬ ਦੀ ਧਰਤੀ ਤੇ ਵੀ ਕਬੱਡੀ ਖੇਡੀ ਹੈ ਜੱਗੇ ਦਿਓਲ ਹੋਣੀ ਗੋਗੇ ਦਿਓਲ ਹੋਣੀ ਉੱਥੇ ਵੀ ਗੱਲਾਂ ਹੋਈਆਂ ਪੁਆਇੰਟ ਰੇਟ ਦੇ ਖਾਤੇ ਮੈਂ ਬੇਨਤੀ ਕਰਦਾ ਜਿਹੜਾ ਦੂਜੇ ਪਾਸੇ ਸਾਊਂਡ ਚੱਲਦਾ ਉਹਨੂੰ ਥੋੜਾ ਜਿਹਾ ਹੌਲੀ ਕੀਤਾ ਜਾਵੇ ਜਿਹੜਾ ਦੂਜੇ ਪਾਸੇ ਸਾਊਂਡ ਚੱਲਦਾ ਹੈ ਉਹਨੂੰ ਹੌਲੀ ਕੀਤਾ ਜਾਵੇ ਪਿੰਦੂ ਦਤਾਲ ਅਗਲੇ ਪਟਿਆਲੇ ਦੇ ਏਰੀਏ ਦਾ ਖਿਡਾਰੀ ਕੇ ਜਿੰਦ ਭਾਈ ਜੇ ਚੱਲਿਓ ਪਟਿਆਲੇ ਉੱਥੇ ਵਿਕਦੇ ਰੇਸ਼ਮੀ ਨਾਲੇ ਅੱਧੇ ਚਿੱਟੇ ਤੇ ਅੱਧੇ ਕਾਲੇ ਇੱਕ ਪਲ ਬਹਿ ਜਾਣਾ ਮੇਰੇ ਕੋਲ ਤੇ ਬਿਠਣੇ ਲੱਗਦੇ ਬੂਲ ਜੱਫਾ ਰੋਂਦਾ ਜਤਨ ਪਰ ਪੁਆਇੰਟ ਰੇਟਰ ਦੇ ਖਾਤੇ ਚ ਪੰਜਾਬ ਸਪੋਰਟਸ ਕਲੱਬ ਐਮਸਟਰਡਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਇਹ ਨੌਜਵਾਨ ਭੂਰੀ ਬਰਨਾਲੇ ਵਾਲਾ ਫਿਰ ਤਿਆਰ ਹੈ ਚੜ੍ਹਦੀ ਵਰੇਸ ਦਾ ਗੱਭਰੂ ਹੈ ਮਨ ਦੇ ਵਿੱਚ ਸੁਪਨਾ ਹੈ ਕਿ ਯੂਰਪ ਦੇ ਵਿੱਚ ਨਾਮ ਛੱਡ ਕੇ ਜਾਣਾ ਹੈ ਨਾਮ ਉਹੀ ਓ ਛੱਡਦੇ ਆ ਜਿਹਨਾਂ ਦੇ ਪੁੱਤੇ ਪਰਮਾਤਮਾ ਦੀ ਕਿਰਪਾ ਹੋਵੇ ਤੇ ਉਧਰ ਲੱਗਦਾ ਹੋਇਆ ਜੱਫਾ ਬੀਤਦਾ ਹੋਇਆ ਸਮਾਂ ਲੱਗ ਗਿਆ ਕੈਂਚੀ ਨੌਜਵਾਨ ਕਹਿੰਦਾ ਕਿ ਹੁਣ ਨਹੀਂ ਛੱਡਣਾ ਹੈ ਹੁਣ ਨਹੀਂ ਛੱਡਣਾ ਲੱਗ ਗਿਆ ਘੋੜੇ ਦਾ ਜੱਫਾ ਤਾੜੀਆਂ ਮਾਰ ਦਿਓ ਸੁਰ ਸਿੰਘ ਦੀ ਧਰਤੀ ਦਾ ਤਾਬਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੈਦਾਨ ਦੇ ਵਿੱਚ ਹੁਣ ਚਾਰ ਜਾਫੀ ਨੇ ਚੌਣਾਂ ਵਿੱਚੋਂ ਕਹਿੰਦੇ ਜੇ ਕਾਂਤੇ ਨੇ ਜੱਫਾ ਲਾਤਾ ਤਾਂ 50 ਯੂਰੋ ਕਹਿੰਦੇ ਦਿੱਤੇ ਜਾਣਗੇ ਸ਼ੇਰੇ ਪੰਜਾਬ ਕਬੱਡੀ ਕਲੱਬ ਬੈਲਜੀਅਮ ਵਾਲਿਆਂ ਵੱਲੋਂ 50 ਯੂਰੋ ਕਹਿੰਦੇ ਕਾਂਤੇ ਦੇ ਜੱਫੇ ਦੇ ਉੱਪਰ ਲਓ ਸਾਹਮਣੇ ਕਹਿੰਦੇ ਲੱਗਿਆ ਪਿਆ ਜ਼ੋਰ ਭਾਓ ਇੱਕ ਕਾਂਤੇ ਆ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਕਾਂਤੇ ਦੇ ਲਈ ਕਾਂਤਾ ਕਹਿੰਦੇ ਰਸੂਲਪੁਰ ਨਗਰ ਦਾ ਹੈ ਹਾਂਜੀ ਜੀਤਾ ਬਾਬਾ ਜੀ ਬੈਲਜੀਅਮ ਵਾਲੇ ਕਹਿੰਦੇ ਆ ਕਿ ਹੈਪੀ ਦੇ ਹਰ ਜੱਫੇ ਤੇ ਉਹਨਾਂ ਵੱਲੋਂ 50 ਯੂਰੋ ਤੇ 20 ਯੂਰੋ ਵੈਂਸਾਂ ਵਾਲੇ ਚੰਨੇ ਵੱਲੋਂ ਹੋਣਗੇ ਇਹ ਆ ਮੁੰਨਾ ਦਿਓਲ ਪਿਤਾ ਨੇ ਵੇਟ ਲਿਫਟਿੰਗ ਦੀ ਦੁਨੀਆ ਦੇ ਵਿੱਚ ਨਾਮ ਕੱਢਿਆ ਤੇ ਪੁੱਤ ਕਬੱਡੀ ਖੇਡਦਾ ਹੈ ਕਹਿੰਦੇ ਨੇ ਕਹਿੰਦੇ ਮਾਮੇ ਦਾ ਪੁੱਤਰ ਅਮਨ ਥਿਗਲੀ ਵੀ ਮੰਨਿਆ ਪਰ ਮੰਨਿਆ ਜਾਫੀ ਹੈ ਪੁਆਇੰਟ ਰੇਟਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਪਿੰਦੂ ਲਗਾਤਾਰ ਕਬੱਡੀਆਂ ਪਾ ਰਿਹਾ ਹੈ ਕੋਈ ਪਾਵੇ ਇੱਕ ਜਾਂ ਦੋ ਰੇਡਾਂ ਕਈਆਂ ਦੀਆਂ ਪੈਂਦੀਆਂ ਰਹਿ ਰੇਡਾਂ ਕਈ ਪਾਉਂਦੇ ਰੇਡਾਂ ਹੌਲੀ ਹੌਲੀ ਕਈ ਪਾਉਂਦੇ ਬਣ ਕੇ ਹਵਾਵਾਂ ਦੇ ਵਹਿਣ ਰੇਡਾਂ ਇਹ ਮਨਦੀਪ ਬੁਲਟ ਮਾਰੀ ਮੇਘੇ ਵਾਲਾ ਤੇ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਸਾਡੇ ਬਾਸੂ ਭਰਦਵਾਜ ਜੀ ਖਿਡਾਰੀਆਂ ਨੂੰ ਬਹੁਤ ਵੱਡੇ ਮਾਣ 20 ਯੂਰੋ ਪਿੰਦੂ ਦਤਾਲ ਦੇ ਲਈ ਸਾਡੇ ਰੱਤੂ ਜੀ ਉਹ ਵੀ ਬਹੁਤ ਵੱਡਾ ਮਾਣ ਦੇ ਰਹੇ ਹੈ ਸੋ ਖਿਡਾਰੀ ਦੇ ਲਈ ਸੋ ਆਪਣੀ ਅਸੀਂ ਆਪਣੀ ਵੱਲੋਂ ਧੰਨਵਾਦ ਕਰਦੇ ਹਾਂ ਲਓ ਜੋਬਨ ਇਸ ਵੇਲੇ ਕਹਿੰਦੇ ਅਗਲੀ ਰੇਡ ਪਾਉਣ ਦੇ ਲਈ ਫਿਰ ਵਧਿਆ ਹੋਇਆ ਮੈਦਾਨ ਦੇ ਵਿੱਚ ਉਧਰ 20 ਯੂਰੋ ਕਹਿੰਦੇ ਘੋੜੇ ਦੇ ਜੱਫੇ ਤੋਂ ਖੁਸ਼ ਹੋ ਕੇ ਸਾਡੇ ਪਿੰਕੀ ਵਾਲੀਆ ਜੀ ਰਾਣੀਪੁਰ ਵਾਲੇ ਕਹਿੰਦੇ ਘੋੜੇ ਦੇ ਜੱਫੇ ਤੋਂ ਖੁਸ਼ ਹੋ ਕੇ ਵੱਡਾ ਮਾਣ ਜਿਹੜਾ ਪੂਜਦਾ ਕਰਦੇ ਹੈ ਲਓ ਸਾਹਮਣੇ ਫੌਜੀ ਤੇ ਕਹਿੰਦੇ ਜੋਬਨ ਜੋਬਨ ਤੇ ਫੌਜੀ ਕਹਿੰਦੇ ਲੱਗਿਆ ਪਿਆ ਜ਼ੋਰ ਹੋਈ ਪਈ ਆ ਪੱਲੇ 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 ਪੱਲੇ
ਆ ਫੌਜੀ ਤੇ ਕਹਿੰਦੇ ਜੋਬਨ ਦੇ ਦਰਮਿਆਨ ਐਨ ਟੱਕਰ ਤਕੜੀ ਬਣੀ ਪਈ ਹੈ। ਭਾਵੇਂ ਸੋਹਣਿਆ ਭਾਵੇਂ ਸੋਹਣਿਆ ਫੌਜੀ ਵਾਲੀਏ ਜੱਗੇ ਨੇ ਕਹਿੰਦੇ ਥਾਪੀ ਜੋਬਨ ਨੂੰ ਵੀ ਦਿੱਤੀ ਹੈ ਵੀ ਦੋਨੋਂ ਟੀਮਾਂ ਸਾਡੀਆਂ ਆਪਣੀਆਂ ਟੀਮਾਂ ਨੇ। ਜਰਜੀਤ ਬਰਨਾਲਾ ਵੀ ਐਨ ਕਹਿੰਦੇ ਪੂਰਾ ਖੁਸ਼ ਹੈ। ਸੋਨੀ ਪਟਦਾ ਵੀ ਸਾਡਾ ਵੀਰ ਆਇਆ ਹੋਇਆ ਹੈ, ਉਹਦਾ ਰੱਤੂ ਸਕਿੱਲ ਦਾ ਬਦਰਾਇਪਾਲ ਦਾ ਕਹਿੰਦੇ ਬਹੁਤ ਵੱਡਾ ਧੰਨਵਾਦ। ਬਹੁਤ ਸਾਹਮਣੇ ਕਹਿੰਦੇ ਇਸ ਵੇਲੇ ਰੇਡ ਰੁਪਿੰਦਰ ਸਿੰਘ ਪਿੰਦੂ ਭਾ ਰਿਹਾ ਦਤਾਰ ਪਿੰਡ ਵਾਲਾ ਦਤਾਰ ਵਾਲੇ ਦੀ ਰੇਡ ਦੇ ਉੱਪਰ ਹੁਣ ਚੌਂ ਜਾਤੀਆਂ ਵਿੱਚੋਂ ਖੇਤੀ ਕਹਿੰਦੇ ਜੁਨਾ ਸਾਹਿਬ ਵਾਲਾ ਜੁਨਾ ਸਾਹਿਬ ਦੀ ਧਰਤੀ ਕਹਿੰਦੇ ਸਾਹਿਬ ਕਹਿੰਦੇ ਦੁਨੀਆਂ ਦੇ ਸਤਾਰਾਂ ਦੇ ਵਿੱਚ ਹੈ ਪਰ ਸਫਲਤਾ ਕਦਮ ਕਹਿੰਦੇ ਇਸ ਵੇਲੇ ਗੱਭਰੂ ਦੇ ਚੁੰਮਦੀ ਹੋਈ। ਆ ਗਿਆ ਛੰਨਾ ਵਾਲਾ ਭੂਰੀ ਕਬੱਡੀ ਪਾਉਣ ਦੇ ਲਈ ਭੂਰੀ ਛੰਨਾ ਵਾਲਾ ਬਰਨਾਲੇ ਦਾ ਏਰੀਆ ਫੌਜੀ ਗੁਰਨ ਛਾਪਾ ਫੌਜੀ ਰੌਂਦਾ ਬੜੇ ਪ੍ਰਸਿੱਧ ਖਿਡਾਰੀ ਹੋਏ ਨੇ ਉਸ ਏਰੀਏ ਦੇ ਜ਼ਿਲ੍ਹੇ ਸੰਗਰੂਰ ਦੀ ਧਰਤੀ ਸੀ ਪਰ ਹੁਣ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਪਰਵਾਈ ਦੀ ਧਰਤੀ ਜਿੱਥੇ ਤੇਗ ਬਹਾਦਰ ਜੀ ਨੇ ਚਰਨ ਪਾਇਆ ਤੇ ਨਾਲ ਹੀ ਇਸ ਨੌਜਵਾਨ ਦਾ ਪਿੰਡ ਹੈ ਨੌਜਵਾਨ ਭੂਰੀ ਦਾ ਚਰਨਜੀਤ ਦੇ ਪਿੰਡ ਦੇ ਲਾਗੇ ਤੇ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਇਹ ਰਮਨ ਮੱਲੀਆਂ ਵਾਲਾ ਅਵਤਾਰ ਪਾਸ਼ ਦਾ ਪੇਂਡੂ ਆ ਜਿਹਨੇ 1984 ਦੇ ਵਿੱਚ ਲਿਖਿਆ ਸੀ ਕਿ ਅਕਾਲ ਤਖ਼ਤ ਦੇ ਉੱਤੇ ਹਮਲਾ ਕਰਨ ਵਾਲਿਆਂ ਨੂੰ ਮਾੜਾ ਕਹਿਣ ਵਾਲੇ ਲੋਕ ਤੇ ਹਿੰਦੁਸਤਾਨ ਦੇ ਵੋਟਰ ਨਹੀਂ ਹੋ ਸਕਦੇ ਤੇ ਮੇਰਾ ਨਾਮ ਹਿੰਦੁਸਤਾਨ ਦੀ ਵੋਟਰ ਲਿਸਟ ਚੋਂ ਕੱਢ ਦਿਓ। ਇਹ ਨੌਜਵਾਨ ਰਮਨ ਵਧਿਆ ਕੇ ਨੂੰ ਉਧਰ ਮਨਦੀਪ ਲੱਗਦਾ ਹੋਇਆ ਜ਼ੋਰ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਤਾੜੀਆਂ ਮਾਰ ਦਿਓ ਤਾਂ ਅੱਛੀ ਵੀਡੀਓ ਤਾੜੀਆਂ ਮਾਰ ਦਿਓ ਬਹੁਤ ਤਾੜੀਆਂ ਵੱਜੀਆਂ ਨੇ। ਹਾਂਜੀ ਮੈਚ ਸਮਾਪਤ ਜਿੱਤ ਗਏ ਆਪਾਂ ਜਿੱਤ ਗਏ ਹਾਂ ਨੰਬਰ ਤੇ। ਹਾਂਜੀ ਦੋਨੋਂ ਟੀਮਾਂ ਅਗਲੀਆਂ ਜਿਹੜੀਆਂ ਗਰਾਊਂਡ ਦੇ ਵਿੱਚ ਆਉਣਗੀਆਂ ਪਹਿਲਾਂ ਭਾਜੀ ਕਿੰਨੇ ਕਿੰਨੇ ਨੰਬਰ ਜਿਹੜੇ ਰਹੇ ਆ ਪਹਿਲੇ ਮੈਚ ਦੇ ਜ਼ਰੂਰ ਆਪਾਂ ਦੱਸੀਏ। ਬਿੱਲਾ ਜੀ ਸਾਡੇ ਮਹਿਮਾ ਵਾਲੇ ਦੱਸਣਗੇ ਵੀ ਕਿਹੜੀ ਟੀਮ ਦੇ ਕਿੰਨੇ ਕਿੰਨੇ ਜਿਹੜੇ ਨੰਬਰ ਰਹੇ ਹੈ। ਇੱਧਰ ਵਸਾਵਾ ਸਿੰਘ ਜੀ ਅਲਮੇਰ ਬਾਣੇ ਦਾ ਵੀ ਵਿਸ਼ੇਸ਼ ਤੌਰ ਦੇ ਉੱਪਰ ਬਹੁਤ ਬਹੁਤ ਧੰਨਵਾਦ ਹੈ। ਹਾਂਜੀ ਇਸੇ ਮੈਚ ਦਾ ਜਿਹੜਾ ਸਕੋਰ ਹੈ ਪੰਜਾਬ ਸਪੋਰਟਸ ਕਲੱਬ ਐਮਸਟਰਡਮ ਹਾਲੈਂਡ ਦੀ ਟੀਮ ਦੇ ਨੰਬਰ ਨੇ 31.5 ਤੇ NRI ਚੜ੍ਹਦੀ ਕਲਾ ਕਬੱਡੀ ਕਲੱਬ ਬੈਲਜੀਅਮ ਦੀ ਟੀਮ ਦੇ ਨੰਬਰ 33। ਬੈਲਜੀਅਮ ਜਿੱਤ ਗਈ ਤਾਲੀ ਮਾਰ ਦਿਓ ਜੀ ਜ਼ੋਰਦਾਰ ਟੀਮ ਜੀ ਆਪਣੀ ਵਧਾਈਆਂ ਸਾਰਿਆਂ ਨੂੰ। ਰਸੂਲ ਭਾਈ ਕਾਂਤੇ ਦੇ ਲਈ ਸਾਡੇ ਸ਼ੀਸ਼ ਨਾਲ ਕਬੱਡੀ ਕਲੱਬ ਭਾਜੀ ਬੈਲਜੀਅਮ ਵਾਲੇ